ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਦੇਵ ਸਿੰਘ ਦੇਵਮਾਨ, ਵਿਧਾਨ ਸਭਾ ਨਾਭਾ ਤੋਂ ਆਮ ਪਾਰਟੀ ਵੱਲੋਂ ਕੈਂਡੀਡੇਟ ਹਾਂ ਜੀ। ਇਸ ਵਕਤ ਮੈਂ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਵਿੱਚ ਬੈਠਾ ਜੀ, ਮੰਜੇ ਦੇ ਉੱਪਰ। ਆ ਮੰਜਾ ਦਿਖਾਓ ਜੀ। ਅਤੇ ਮੇਰੇ ਨਾਲ ਬਹੁਤ ਹੀ ਵੱਡੇ ਪੋਇਟ ਦਰਸ਼ਨ ਬੁੱਟਰ ਜੀ ਬੈਠੇ ਨੇ, ਅਤੇ ਹੁਣੇ ਹੁਣੇ ਮੇਰੀ ਮੁਲਾਕਾਤ ਇੱਕ ਬੱਚੀ ਨਾਲ ਹੋਈ ਹੈ ਜੀ, ਮਨਵੀਰ ਕੌਰ ਅਮਰਗੜ੍ਹ ਤੋਂ। ਅਤੇ ਬਹੁਤ ਵੱਡੇ ਫੈਨ ਨੇ ਜੀ ਸਾਡੀ ਬੱਚੀ ਆਮ ਆਦਮੀ ਪਾਰਟੀ ਦੀ, ਅਤੇ ਕੁਛ ਲਿਖਿਆ ਉਹਨਾਂ ਨੇ ਜੀ, ਅਤੇ ਮੈਂ ਚਾਹੁੰਦਾ ਕਿ ਮਨਵੀਰ ਜੀ ਸੁਣਾਓ ਪਲੀਜ਼। ਹੈਲੋ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਨਸ ਆ ਕੁਛ ਕਿ ਸੋਚਤੀ ਹੂੰ ਕਿ ਕੈਸਾ ਇਨਸਾਨ ਹੈ, ਫਰਿਸ਼ਤਾ ਹੈ ਜਾਂ ਸਾਇਆ ਹੈ, ਆਪਣਾ ਘਰ ਛੋੜ ਕੇ ਬਚਾਨੇ ਹਮਾਰਾ ਪੰਜਾਬ ਆਇਆ ਹੈ। ਕੇਜਰੀਵਾਲ ਹੈ ਨਾਮ ਉਸਕਾ, ਸੋਚ ਉਸਕੀ ਗਹਿਰੀ ਹੈ, ਬਿਨਾਂ ਵਜ੍ਹਾ ਕੋਈ ਬਾਤ ਨਹੀਂ ਕਰਤਾ, ਨੀਤੀਆਂ ਉਸਕੀ ਕੜੀ ਹੈ। ਸਾਥ ਮਾਂਗਤਾ ਹੂੰ ਲੋਗੋਂ ਕਾ, ਸਾਥ ਮਾਂਗਤਾ ਹੂੰ ਲੋਗੋਂ ਕਾ, ਪ੍ਰਚਾਰ ਝਾੜੂ ਕਾ ਜਾਰੀ ਹੈ, ਬੁਰਾਈ ਕੇ ਇਨ ਪੰਨੋ ਕੋ ਸਿਆਹੀ ਲਗਾਨਾ ਬਾਕੀ ਹੈ। ਸਭ ਲੋਗੋਂ ਕੀ ਅਗਰ ਤਕਦੀਰ ਮਿਲ ਗਈ, ਸਭ ਲੋਗੋਂ ਕੀ ਅਗਰ ਤਕਦੀਰ ਮਿਲ ਗਈ, ਤੋ ਯੇ ਤਕਦੀਰ ਕਾ ਮੁਕਾਬਲਾ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ। ਅਗਰ ਬਾਦਲ ਸਰਕਾਰ ਤੇਰੀ ਤਕਦੀਰ ਹਿਲ ਗਈ, ਤੋ ਆਪ ਕੀ ਤਕਦੀਰ ਕੋ ਬਦਲਨਾ ਬਹੁਤ ਮੁਸ਼ਕਿਲ ਹੋ ਜਾਏਗਾ। ਥੈਂਕ ਯੂ।